ਜਦੋਂ ਬੰਦੇ ਦਾ ਨਵਾਂ ਨਵਾਂ ਵਿਆਹ ਹੁੰਦਾ ਤੇ ਉਹ ਕਿਸੇ ਨਾ ਕਿਸੇ ਦਾ ਜੀਜਾ ਬਣ ਜਾਂਦਾ ਤੇ ਉਹਨੂੰ ਐ ਲੱਗਦਾ ਵੀ ਜਿੱਦਾਂ ਕੋਈ ਕੈਬਨਿਟ ਰੈਂਕ ਮਿਲ ਗਿਆ ਹੋਵੇ ਕਿਤੇ ਜਾਵੇ ਹਰ ਪਾਸੇ ਜੀਜਾ ਜੀ ਜੀਜਾ ਜੀ ਜੀਜਾ ਜੀ ਜੀਜਾ ਜੀ ਆਹ ਖਾ ਲਓ ਜੀਜਾ ਜੀ ਉਹ ਖਾ ਲਓ ਬੜੀ ਉਹਦੀ ਚੜ੍ਹਾਈ ਹੁੰਦੀ ਹੈ ਹੌਲੀ ਹੌਲੀ ਨਾ ਉਹਨੂੰ ਉਹ ਚੜ੍ਹਾਈ ਦੀ ਆਦਤ ਬਣ ਜਾਂਦੀ ਹੈ ਪਰ ਜਦੋਂ ਟਾਈਮ ਲੰਘਦਾ ਹੌਲੀ ਹੌਲੀ ਸਾਲਿਆਂ ਦੇ ਬੱਚੇ ਜਵਾਨ ਹੋ ਜਾਂਦੇ ਵੱਡੇ ਹੋ ਜਾਂਦੇ ਆ ਤੇ ਉਹ ਪ੍ਰਮੋਟ ਹੋ ਗਏ ਜੀਜਾ ਜੀ ਤੋਂ ਫੁੱਫੜ ਜੀ ਹੋ ਜਾਂਦਾ ਤੇ ਵਿਚਾਰਾ ਉਹ ਇੱਜ਼ਤ ਉਹੀ ਭਾਲਦਾ ਰਹਿੰਦਾ ਵਿਚਾਰਾ ਤੇ ਉਹ ਇਹਨੂੰ ਉਹ ਇੱਜ਼ਤ ਨਹੀਂ ਮਿਲ ਪਾਉਂਦੀ ਉਹ ਆਪਣੇ ਅੰਦਰ ਹੀ ਅੰਦਰ ਨਾ ਘੂਰਦਾ ਰਹਿੰਦਾ ਬਈ ਯਾਰ ਹੁਣ ਉਹ ਗੱਲਬਾਤ ਨਹੀਂ ਰਹਿੰਦੀ ਤੇ ਉਹਦੇ ਉੱਤੇ ਫਿਰ ਇੱਕ ਕਵਿਤਾ ਨਿਕਲ ਕੇ ਆਈ ਆ ਵੀ ਜਦੋਂ ਜੀਜਾ ਹੁੰਦਾ ਉਦੋਂ ਕੀ ਹੁੰਦਾ ਤੇ ਜਦੋਂ ਫੁੱਫੜ ਹੋ ਜਾਂਦਾ ਉਦੋਂ ਕੀ ਹੁੰਦਾ ਕਹਿੰਦਾ ਹਾਏ ਸੁਣ ਲਓ ਮੇਰੀਆਂ ਚੀਕਾਂ ਨੂੰ ਮੈਂ ਭੁੱਲਿਆ ਨਹੀਂ ਤਰੀਫਾਂ ਨੂੰ ਹਾਏ ਸੁਣ ਲਓ ਮੇਰੀਆਂ ਚੀਕਾਂ ਨੂੰ ਮੈਂ ਭੁੱਲਿਆ ਨਹੀਂ ਤਰੀਫਾਂ ਨੂੰ ਜਦ ਹਾਲੇ ਰਿਸ਼ਤਾ ਨਵਾਂ ਨਵਾਂ ਵਿੱਚ ਪਿਆਰ ਦਿਲਾਂ ਦੇ ਜਮਾਂ ਜਮਾਂ ਜਦ ਹਾਲੇ ਰਿਸ਼ਤਾ ਨਵਾਂ ਨਵਾਂ ਵਿੱਚ ਪਿਆਰ ਦਿਲਾਂ ਦੇ ਜਮਾਂ ਜਮਾਂ ਜਦ ਵੱਜਿਆ ਪਿਆਰ ਦਾ ਵਾਜਾ ਸੀ ਫਿਰ ਢੋਲਿਆ ਸੀ ਦਰਵਾਜ਼ਾ ਤੇ ਜੋ ਖੜਜੇ ਨਾਲ ਉਹ ਫਬਦੀ ਸੀ ਹਾਏ ਸਾਲੀ ਮੈਨੂੰ ਲੱਭਦੀ ਸੀ ਜੋ ਖੜਜੇ ਨਾਲ ਉਹ ਫਬਦੀ ਸੀ ਹਾਏ ਸਾਲੀ ਮੈਨੂੰ ਲੱਭਦੀ ਸੀ ਤੇ ਮੂੰਹ ਦੇ ਵਿੱਚ ਕਾਜੂ ਪੈਂਦੇ ਸੀ ਤੇ ਬੀਜੂ ਬੀਜੂ ਹੁੰਦੀ ਸੀ ਹਾਏ ਇੱਕ ਤਾਂ ਖਾੜੋ ਜੀਜਾ ਜੀ ਹਾਏ ਜੀਜੂ ਜੀਜੂ ਹੁੰਦੀ ਸੀ ਤੇ ਪਿੰਡ ਪਾਈ ਛੇੜ ਮੇਰੀ ਬੋਧੀ ਸੀ ਮੈਂ ਸਹੁਰਿਆਂ ਦੇ ਘਰ ਮੋਦੀ ਸੀ ਪਿੰਡ ਪਾਈ ਛੇੜ ਮੇਰੀ ਬੋਧੀ ਸੀ ਮੈਂ ਸਹੁਰਿਆਂ ਦੇ ਘਰ ਮੋਦੀ ਸੀ ਮੈਨੂੰ ਪਾਣੀ ਪੁੱਛਦਾ ਅਕਸਰ ਸੀ ਭਾਵੇਂ ਸਹੁਰਾ ਮੇਰਾ ਅਫਸਰ ਸੀ ਤੇ ਮੈਂ ਵਿੱਚ ਹਵਾ ਦੇ ਫਿਰਦਾ ਸੀ ਮੇਰੇ ਪੈਰਾਂ ਹੇਠ ਨਾ ਧਰਤੀ ਸੀ ਮੈਂ ਵਿੱਚ ਹਵਾ ਦੇ ਫਿਰਦਾ ਸੀ ਮੇਰੇ ਪੈਰਾਂ ਹੇਠ ਨਾ ਧਰਤੀ ਸੀ ਮੈਂ ਤਾਂ ਮੁੱਛਾਂ ਨੂੰ ਦਿੰਦਾ ਸੀ ਮੈਂ ਡਾਇਰੈਕਟ ਜਵਾਈ ਭਰਤੀ ਸੀ ਖਾਓਗੇ ਤੰਦੂਰੀ ਕਿ ਬਣਾਈਏ ਤਰੀ ਵਾਲਾ ਉਹ ਖਾਓਗੇ ਤੰਦੂਰੀ ਕਿ ਬਣਾਈਏ ਤਰੀ ਵਾਲਾ ਦੱਸੋ ਕਿਹੜਾ ਕੁੱਕਰ ਵਿੱਚ ਪਾ ਦਈਏ ਜੀਜਾ ਜੀ ਨੂੰ ਕਹਿੰਦੇ ਆ ਵੀ ਖਾਓਗੇ ਤੰਦੂਰੀ ਜਾਂ ਬਣਾਈਏ ਤਰੀ ਵਾਲਾ ਉਹ ਦੱਸੋ ਕਿਹੜਾ ਕੁੱਕਰ ਵਿੱਚ ਪਾ ਦਈਏ ਉਹ ਬੱਕਰਾ ਮੁਰਗਾ ਹੱਥ ਜੋੜ ਖੜੇ ਦੱਸੋ ਕਿਹੜਾ ਚਟਕਾ ਦਈਏ ਤੇ ਕੋਈ ਰਿਸ਼ਤਾ ਕੋਈ ਲੈਣ ਦੇਣ ਹੋਵੇ ਪ੍ਰਾਹੁਣਾ ਜੀ ਕਸੋਟੀ 'ਚ ਕੱਸਣਗੇ ਕੋਈ ਰਿਸ਼ਤਾ ਕੋਈ ਲੈਣ ਦੇਣ ਹੋਵੇ ਪ੍ਰਾਹੁਣਾ ਜੀ ਕਸੋਟੀ 'ਚ ਕੱਸਣਗੇ ਰਿਸ਼ਤਾ ਕਰਨਾ ਜਾਂ ਤੋੜਨਾ ਇਹ ਜੀਜਾ ਜੀ ਦੱਸਣਗੇ ਤੇ ਹਾਲੇ ਤਾਂ ਗਲਾ ਹੀ ਬੁਣਿਆ ਏ ਮੈਂ ਪੂਰੀ ਸਵੈਟਰ ਬੁਣੀ ਨਹੀਂ ਉਹ ਹਾਲੇ ਤਾਂ ਗਲਾ ਹੀ ਬੁਣਿਆ ਏ ਮੈਂ ਪੂਰੀ ਸਵੈਟਰ ਬੁਣੀ ਨਹੀਂ ਉਹ ਜਲਵੇ ਤਾਂ ਮੇਰੇ ਹੁਣ ਵੇਖਿਓ ਤੁਸੀਂ ਸੱਸ ਦੀ ਗੱਲ ਤਾਂ ਸੁਣੀ ਨਹੀਂ ਸੱਸ ਕਹਿੰਦੀ ਹੈ ਉਹ ਮੇਰਾ ਜਵਾਈ ਵਿਹੜੇ ਦਾ ਤੰਬੂ ਏ ਸੱਸ ਕਹਿੰਦੀ ਹੈ ਮੇਰਾ ਜਵਾਈ ਵਿਹੜੇ ਦਾ ਤੰਬੂ ਏ ਉਹ ਜਿਉਂ ਛੋਲੇ ਦਾ ਲੰਬੂ ਏ ਉਹ ਲਾਲੇ ਦੇ ਮਿੱਠੇ ਬੰਦ ਵਰਗਾ ਹੱਸੇ ਤਾਂ ਦੇਵਾ ਆਨੰਦ ਵਰਗਾ ਉਹ ਨਿੱਤ ਹੋਟਲ ਵਿੱਚ ਜਾਂਦਾ ਏ ਨਾ ਭਿੰਡੀ ਤੋਰੀ ਖਾਂਦਾ ਏ ਉਹ ਨਿੱਤ ਹੋਟਲ ਵਿੱਚ ਜਾਂਦਾ ਏ ਨਾ ਭਿੰਡੀ ਤੋਰੀ ਖਾਂਦਾ ਏ ਤੇ ਮੇਰੀ ਧੀ ਨੂੰ ਰਾਜ ਕਰਾਏ ਉਹ ਮੈਂ ਇਹੋ ਰੱਬ ਨੂੰ ਕਹਿੰਦੀ ਹਾਂ ਉਹ ਰੱਬਾ ਮੈਨੂੰ ਹੁਣ ਚੱਕ ਲਾ ਮੈਂ ਸਵਰਗ ਦੇ ਝੂਟੇ ਲੈਂਦੀ ਹਾਂ ਤੇ ਵਕਤ ਲੰਘਿਆ ਜੋ ਟੁੱਟਿਆ ਨੋਟ ਗਿਆ ਉਹ ਵਕਤ ਲੰਘਿਆ ਜੋ ਟੁੱਟਿਆ ਨੋਟ ਗਿਆ ਮੈਂ ਜੀਜੇ ਤੋਂ ਹੋ ਪ੍ਰਮੋਟ ਗਿਆ ਤੇ ਲਾਈ ਕੁਰਸੀ ਮੇਰੀ ਜਿੱਥੇ ਨੁੱਕੜ ਜੀ ਲਾਈ ਕੁਰਸੀ ਮੇਰੀ ਜਿੱਥੇ ਨੁੱਕੜ ਜੀ ਕਹਿੰਦੇ ਮੱਥਾ ਟੇਕੋ ਆਏ ਫੁੱਫੜ ਜੀ ਤੇ ਮੇਰੇ ਆਉਂਦਿਆਂ ਮੂੰਹ ਫੁਲਾ ਲਿਆ ਏ ਜਿਵੇਂ ਘਰੇ ਪ੍ਰੇਤ ਬੁਲਾ ਲਿਆ ਮੇਰੇ ਆਉਂਦਿਆਂ ਮੂੰਹ ਫੁਲਾ ਲਿਆ ਏ ਉਹ ਜਿਵੇਂ ਘਰੇ ਪ੍ਰੇਤ ਬੁਲਾ ਲਿਆ ਏ ਕਹਿੰਦੇ ਪਿੱਠ ਪਿੱਛੋਂ ਕਿੱਥੋਂ ਲੱਭਾ ਏ ਫੁੱਫੜ ਬਾਲਾ ਕੱਬਾ ਏ ਤੇ ਅੱਗੇ ਤਾਂ ਪੁੱਛਦੇ ਸੀਗੇ ਵੀ ਦੱਸੋ ਜੀ ਮੁਰਗਾ ਖਾਓਗੇ ਕਿ ਬੱਕਰਾ ਖਾਓਗੇ ਤੇ ਹੁਣ ਫੁੱਫੜ ਜੀ ਨੂੰ ਕਹਿੰਦੇ ਵੀ ਭਾਈ ਸਾਹਿਬ ਸਾਰਿਆਂ ਨੇ ਰੋਟੀ ਖਾ ਲਈ ਏ ਹੁਣ ਕਹਿੰਦੇ ਆ ਵੀ ਸਾਰਿਆਂ ਰੋਟੀ ਖਾ ਲਈਏ ਜੇ ਕਹੋ ਤੇ ਘੀਆ ਬਣਾ ਲਈਏ ਵੀ ਸਾਰਿਆਂ ਰੋਟੀ ਖਾ ਲਈਏ ਜੇ ਕਹੋ ਤੇ ਘੀਆ ਬਣਾ ਲਈਏ ਕੀ ਕਰਨਾ ਭੈੜੀਆਂ ਚੀਜ਼ਾਂ ਨੂੰ ਇਹ ਫਾਇਦੇਮੰਦ ਮਰੀਜ਼ਾਂ ਨੂੰ ਜੇ ਕਹੋ ਤੇ ਚੁੱਲ੍ਹਾ ਬਾਲ ਲਈਏ ਉਹ ਜੇ ਕਹੋ ਤੇ ਚੁੱਲ੍ਹਾ ਬਾਲ ਲਈਏ ਕਰ ਗਰਮ ਸ਼ਾਮ ਵਾਲੀ ਦਾਲ ਲਈਏ ਉਹ ਮੈਂ ਤਰਸਦਾ ਫਿਰਦਾ ਕੁੱਕੜ ਨੂੰ ਇਹਨਾਂ ਦਾਲ ਤੇ ਕਰਤਾ ਫੁੱਫੜ ਉਹ ਮੈਂ ਤਰਸਦਾ ਫਿਰਦਾ ਕੁੱਕੜ ਨੂੰ ਉਹ ਇਹਨਾਂ ਦਾਲ ਤੇ ਕਰਤਾ ਫੁੱਫੜ ਨੂੰ ਹੁਣ ਵਿਆਹ ਦਾ ਕਾਰਡ ਸਿੱਧਾ ਪਾਉਂਦੇ ਨੇ ਹੁਣ ਲੈਣ ਨਾ ਟੇਸ਼ਨ ਜਾਂਦੇ ਨੇ ਹੁਣ ਵਿਆਹ ਦਾ ਕਾਰਡ ਸਿੱਧਾ ਪਾਉਂਦੇ ਨੇ ਹੁਣ ਲੈਣ ਨਾ ਟੇਸ਼ਨ ਜਾਂਦੇ ਨੇ ਘਰ ਵਾਲੀ ਦੇ ਡਰ ਤੋਂ ਸੋਚ ਜਾਣਾ ਧੱਕੇ ਖਾ ਸਹੁਰੇ ਪਹੁੰਚ ਜਾਣਾ ਤੇ ਅੱਗੋਂ ਘਰ ਵਾਲੀ ਕਹਿੰਦੀ ਹੈ ਵੀ ਟੋਕਾ ਟਾਕੀ ਕਰਨੀ ਨਹੀਂ ਕੋਈ ਚੀਜ਼ ਤੁਸਾਂ ਨਾ ਚੱਖਣੀ ਏ ਉਹ ਟੋਕਾ ਟਾਕੀ ਕਰਨੀ ਨਹੀਂ ਕੋਈ ਚੀਜ਼ ਤੁਸਾਂ ਨਾ ਚੱਖਣੀ ਏ ਉਹ ਸ਼ੂਗਰ ਤੁਹਾਡੀ ਵਧੀ ਹੋਈ ਤੁਸੀਂ ਨਿਗਾਹ ਲਵਾਈ ਤੇ ਰੱਖਣੀ ਉਹ ਭੁੱਖਾ ਮੈਂ ਮਰ ਜਾਣਾ ਏ ਕੋਈ ਰੋਟੀ ਦੇ ਦੋ ਭੁੱਖੜ ਨੂੰ ਮੈਂ ਤਰਸਦਾ ਫਿਰਦਾ ਕੁੱਕੜ ਨੂੰ ਇਹਨਾਂ ਦਾਲ ਤੇ ਕਰਤਾ ਫੁੱਫੜ ਨੂੰ ਤੇ ਲੋਕ ਕਰਦੇ ਗੱਲਾਂ ਹਜੇ ਆਇਆ ਨੀ ਲੁੱਕ ਕਰਦੇ ਗੱਲਾਂ ਹਜੇ ਆਇਆ ਨੀ ਉਹਨੇ ਕਲੇਸ਼ ਹਜੇ ਤੱਕ ਪਾਇਆ ਨੀ ਉਹ ਭਰ ਕੇ ਪਲੇਟਾਂ ਖਾਂਦਾ ਏ ਫੁੱਫੜ ਲੜੇ ਬਗੈਰ ਨਾ ਜਾਂਦਾ ਤੇ ਲੜ ਲੜ ਮੈਂ ਤਾਂ ਥੱਕ ਲਿਆ ਏ ਮੈਨੂੰ ਮਿਲਣੀ ਜੋਗਾ ਰੱਖ ਲਿਆ ਏ ਉਹ ਮੈਂ ਲੜ ਲੜ ਮੈਂ ਤਾਂ ਥੱਕ ਲਿਆ ਏ ਮੈਨੂੰ ਮਿਲਣੀ ਜੋਗਾ ਰੱਖ ਲਿਆ ਏ ਉਹ ਭੁੱਖਾ ਮੈਂ ਮਰ ਜਾਣਾ ਏ ਕੋਈ ਰੋਟੀ ਦੇ ਦੋ ਭੁੱਖੜ ਨੂੰ ਤੁਸੀਂ ਦਾਲ ਤੇ ਕਰਤਾ ਫੁੱਫੜ ਨੂੰ ਤੇ ਮੈਂ ਅੰਦਰੋਂ ਬਾਹਰੋਂ ਬਰਸ ਰਿਹਾ ਮੈਂ ਅੰਦਰੋਂ ਬਾਹਰੋਂ ਬਰਸ ਰਿਹਾ ਥੋੜੀ ਇੱਜ਼ਤ ਨੂੰ ਤਰਸ ਰਿਹਾ ਮੈਂ ਅੰਦਰੋਂ ਬਾਹਰੋਂ ਬਰਸ ਰਿਹਾ
थोड़ी इज्जत नूं तरस लिया, असीं थोड़ी इज्जत रखण लई हत्थां नाल हत्थ वटा दित्ते, असीं थोड़ी इज्जत रखण लई हत्थां नाल हत्थ वटा दित्ते। थोड़ी कुड़ी ने एक भी दिन कट्टे मैं 40 साल बिता दित्ते, थोड़ी कुड़ी मखणा ना पाली मैं ओ फोकी हवा ना कोई भरती, थोड़ी कुड़ी मखणा ना पाली मैं ओ फोकी हवा ना कोई भरती, मैं पीपे जिनी लै गया सी ते टैंकर जिनी करती, ओ मैं मन्निया कोई एहसान नहीं, हाए लाओ ना मैनू नुक्कड़ नू मॉडल मकराना की बनिया तुसी दाल ते करता फुफड़, मैं तरसदा फिरदा कुक्कड़ नू तुसी दाल ते करता फुफड़।